ਪਿਆਰੇ ਬੱਚਿਓ ਮੈਂ ਵੀਨਾ ਰਾਣੀ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੂੜੇ ਕੇ ਕਲਾ ਬਰਨਾਲਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਜਮਾਤ 10ਵੀਂ ਦੇ ਪਾਠ ਨੰਬਰ 4 ਵੈਬ ਡਿਵੈਲਪਮੈਂਟ ਦਾ ਇੱਕ ਬਹੁਤ ਹੀ ਮਹੱਤਵਪੂਰਨ ਟਾਪਿਕ ਆਫਲਾਈਨ ਅਤੇ ਆਨਲਾਈਨ ਟੈਸਟਿੰਗ ਬਾਰੇ ਤੁਹਾਡੇ ਨਾਲ ਆਪਣਾ ਉੱਤਰ ਸਾਂਝਾ ਕਰਾਂਗੀ ਇਹ ਪ੍ਰਸ਼ਨ ਆਮ ਤੌਰ ਤੇ 10ਵੀਂ ਅਤੇ 8ਵੀਂ ਦੇ ਪੇਪਰਾਂ ਵਿੱਚ ਪੁੱਛਿਆ ਜਾਂਦਾ ਹੈ ਪ੍ਰਸ਼ਨ ਹੈ ਆਫਲਾਈਨ ਅਤੇ ਆਨਲਾਈਨ ਟੈਸਟਿੰਗ ਵਿੱਚ ਕੀ ਅੰਤਰ ਹੈ ਜਦੋਂ ਅਸੀਂ ਵੈੱਬਸਾਈਟ ਨੂੰ ਤਿਆਰ ਕਰ ਲੈਂਦੇ ਹਾਂ ਤਾਂ ਉਸ ਦੀ ਟੈਸਟਿੰਗ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਇਸ ਟੈਸਟਿੰਗ ਨੂੰ ਹੀ ਆਫਲਾਈਨ ਅਤੇ ਆਨਲਾਈਨ ਟੈਸਟਿੰਗ ਕਿਹਾ ਜਾਂਦਾ ਹੈ ਪਹਿਲਾਂ ਅਸੀਂ ਆਫਲਾਈਨ ਟੈਸਟਿੰਗ ਬਾਰੇ ਪੜ੍ਹਾਂਗੇ ਇਹ ਟੈਸਟ ਬਿਨਾਂ ਇੰਟਰਨੈਟ ਇਸਤੇਮਾਲ ਕੀਤੇ ਕੀਤਾ ਜਾਂਦਾ ਹੈ ਜਿਵੇਂ ਕਿ ਸਾਨੂੰ ਪਤਾ ਹੀ ਹੈ ਆਫਲਾਈਨ ਦਾ मीनिंग ਹੈ ਇੰਟਰਨੈਟ ਤੋਂ ਬਿਨਾ ਇਸ ਤਰ੍ਹਾਂ ਜਦੋਂ ਅਸੀਂ ਆਪਣੀ ਵੈਬਸਾਈਟ ਨੂੰ ਬਿਨਾ ਇੰਟਰਨੈਟ ਦੇ ਚੈੱਕ ਕਰਦੇ ਹਾਂ ਤਾਂ ਉਸ ਨੂੰ ਆਫਲਾਈਨ ਟੈਸਟਿੰਗ ਕਿਹਾ ਜਾਂਦਾ ਹੈ ਇਹ ਟੈਸਟਿੰਗ ਵੈਬਸਾਈਟ ਨੂੰ ਇੰਟਰਨੈਟ ਤੇ ਅਪਲੋਡ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਵੈਬਸਾਈਟ ਦਾ ਇਹ ਇੱਕ ਮਹੱਤਵਪੂਰਨ ਹਿੱਸਾ ਹੈ ਕਿ ਉਸ ਨੂੰ ਅਪਲੋਡ ਕਰਨ ਤੋਂ ਪਹਿਲਾਂ ਆਫਲਾਈਨ ਟੈਸਟ ਕੀਤਾ ਜਾਂਦਾ ਹੈ। ਆਫਲਾਈਨ ਟੈਸਟਿੰਗ ਸਾਈਟ ਦੀ ਦਿਖ ਅਤੇ ਹੋਰ ਕੰਟੈਂਟ ਜਿਵੇਂ ਕਿ ਲਿੰਕ, ਸ਼ਬਦਾਵਲੀ, ਦਿਖ, ਹੋਮ ਪੇਜ ਦੀ ਵਿਵਸਥਾ ਆਦਿ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਇਸ ਤੋਂ ਭਾਵ ਹੈ ਕਿ ਇਸ ਟੈਸਟ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਜਿਹੜੇ ਲਿੰਕ ਤੁਸੀਂ ਆਪਣੀ ਵੈੱਬਸਾਈਟ ਵਿੱਚ ਪਾਏ ਹਨ जीडी शब्दावली ਤੁਸੀਂ ਆਪਣੀ ਵੈਬਸਾਈਟ ਵਿੱਚ ਵਰਤੀ ਹੈ ਅਤੇ ਜਿਸ ਤਰ੍ਹਾਂ ਦਾ ਹੋਮ ਪੇਜ ਤੁਸੀਂ ਚਾਹੁੰਦੇ ਹੋ ਕਿ ਉਹ ਉਸੇ ਤਰ੍ਹਾਂ ਹੀ ਦਿਖ ਰਿਹਾ ਹੈ ਇਸ ਦੌਰਾਨ ਕੋਡਿੰਗ ਵਿੱਚ ਬਦਲਾ ਕੀਤਾ ਜਾ ਸਕਦਾ ਹੈ ਆਫਲਾਈਨ ਟੈਸਟਿੰਗ ਕਰਦੇ ਸਮੇਂ ਜੇ ਸਾਨੂੰ ਕੋਈ ਗਲਤੀ ਜਾਂ ਕੋਈ ਤਰੂਟੀ ਦਿਖਦੀ ਹੈ ਤਾਂ ਅਸੀਂ ਉਸ ਨੂੰ ਬਦਲ ਸਕਦੇ ਹਾਂ ਇਸ ਟੈਸਟਿੰਗ ਵਿੱਚ ਸਾਈਟ ਖੁੱਲਣ ਦਾ ਸਾਈਟ ਖੁੱਲਣ ਵਿੱਚ ਲੱਗਣ ਵਾਲਾ ਸਮਾਂ ਨਹੀਂ ਗਿਨਿਆ ਜਾਂਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜਦੋਂ ਆਪਾਂ ਸਾਈਟ ਖੋਲਦੇ ਹਾਂ ਤਾਂ ਕੁਝ ਟਾਈਮ ਅਪਲੋਡ ਹੋਣ ਲੱਗੇ ਲੱਗਦਾ ਹੈ ਪਰ ਜੇਕਰ ਅਸੀਂ ਵੈਬਸਾਈਟ ਦੀ ਆਫਲਾਈਨ ਟੈਸਟਿੰਗ ਕਰ ਰਹੇ ਹਾਂ ਤਾਂ ਅਸੀਂ ਸਾਈਟ ਦੇ ਖੁੱਲਣ ਦਾ ਸਮਾਂ ਨਹੀਂ ਗਿਣਾਂਗੇ ਹੁਣ ਆਨਲਾਈਨ ਟੈਸਟਿੰਗ ਏਹ ਟੈਸਟਿੰਗ ਆਫਲਾਈਨ ਟੈਸਟਿੰਗ ਦੇ ਬਿਲਕੁਲ ਅਗਲਾ ਪੁਆਇੰਟ ਹੈ ਇਹ ਟੈਸਟਿੰਗ ਇੰਟਰਨੈਟ ਇੰਟਰਨੈਟ ਇਸਤੇਮਾਲ ਕਰਕੇ ਕੀਤੀ ਜਾਂਦੀ ਹੈ ਇਹ ਟੈਸਟਿੰਗ ਵੈਬਸਾਈਟ ਨੂੰ ਇੰਟਰਨੈਟ ਤੇ ਅਪਲੋਡ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ ਪਹਿਲਾਂ ਅਸੀਂ ਪੜਿਆ ਸੀ ਕਿ ਆਫਲਾਈਨ ਟੈਸਟਿੰਗ ਅਪਲੋਡ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ ਇਹ ਟੈਸਟਿੰਗ ਇੰਟਰਨੈਟ ਉਤੇ ਸਾਈਟ ਦੀ ਪੂਰੀ ਵਰਕਿੰਗ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਸਾਈਟ ਅਪਲੋਡ ਕਰਨ ਤੋਂ ਬਾਅਦ ਵੀ ਜਦੋਂ ਅਸੀਂ ਟੈਸਟ ਕਰਦੇ ਹਾਂ ਜਿਸ ਨੂੰ ਆਨਲਾਈਨ ਟੈਸਟਿੰਗ ਕਿਹਾ ਜਾਂਦਾ ਹੈ ਉਸ ਦੌਰਾਨ ਵੀ ਇਹ ਚੈੱਕ ਕੀਤਾ ਜਾਂਦਾ ਹੈ ਕਿ ਅਸਲ ਵਿੱਚ ਸਾਈਟ ਸੱਚਮੁੱਚ ਉਹ ਕੰਮ ਕਰ ਰਹੀ ਹੈ ਉਹ ਉਦੇਸ਼ ਪੂਰੇ ਕਰ ਰਹੀ ਹੈ ਜਿਸ ਲਈ ਇਹ ਬਣਾਈ ਗਈ ਹੈ। ਇਸ ਦੌਰਾਨ ਕੋਡਿੰਗ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ ਜਿਵੇਂ ਅਸੀਂ ਆਫਲਾਈਨ ਟੈਸਟਿੰਗ ਵਿੱਚ ਜੇ ਕੋਈ ਤਰੂਟੀ ਮਿਲਦੀ ਹੈ ਤਾਂ ਕੋਡਿੰਗ ਵਿੱਚ ਬਦਲਾਅ ਕਰ ਸਕਦੇ ਹਾਂ ਪਰ ਆਨਲਾਈਨ ਟੈਸਟਿੰਗ ਵਿੱਚ ਇਹ ਸੰਭਵ ਨਹੀਂ ਹੈ ਇਸ ਟੈਸਟਿੰਗ ਵਿੱਚ ਸਾਈਟ ਖੁੱਲਣ ਵਿੱਚ ਲੱਗਣ ਵਾਲਾ ਸਮਾਂ ਗਿਨਿਆ ਜਾਂਦਾ ਹੈ ਜਿਵੇਂ ਤੁਹਾਨੂੰ ਆਫਲਾਈਨ ਟੈਸਟਿੰਗ ਵਿੱਚ ਦੱਸਿਆ ਸੀ ਕਿ ਅਸੀਂ ਸਾਈਟ ਅਪਲੋਡ ਹੋਣ ਲੱਗੇ ਜਾਂ ਖੁੱਲਣ ਲੱਗੇ ਕਿੰਨਾ ਸਮਾਂ ਲੈਂਦੀ ਹੈ ਉਹ ਅਸੀਂ ਆਫਲਾਈਨ ਟੈਸਟਿੰਗ ਵਿੱਚ ਨਹੀਂ ਚੈੱਕ ਕਰ ਸਕਦੇ ਇਸ ਲਈ ਉਹ ਅਸੀਂ ਆਨਲਾਈਨ ਟੈਸਟਿੰਗ ਵਿੱਚ ਹੀ ਚੈੱਕ ਕਰ ਸਕਦੇ ਹਾਂ ਇਸ ਨੂੰ ਕੁਇਕ ਰੀਕੈਪ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਾਂਗੇ ਆਫਲਾਈਨ ਟੈਸਟਿੰਗ ਬਿਨਾਂ ਇੰਟਰਨੈਟ ਦੇ ਕੀਤੀ ਜਾਂਦੀ ਹੈ ਆਨਲਾਈਨ ਟੈਸਟਿੰਗ ਇੰਟਰਨੈਟ ਦੁਆਰਾ ਕੀਤੀ ਜਾਂਦੀ ਹੈ ਆਫਲਾਈਨ ਟੈਸਟਿੰਗ ਵੈਬਸਾਈਟ ਨੂੰ ਇੰਟਰਨੈਟ ਤੇ ਅਪਲੋਡ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਆਨਲਾਈਨ ਟੈਸਟਿੰਗ ਇੰਟਰਨੈਟ ਨੂੰ ਵੈਬਸਾਈਟ ਨੂੰ ਇੰਟਰਨੈਟ ਤੇ ਅਪਲੋਡ ਕਰਨ ਤੋਂ ਬਾਅਦ ਕੀਤੀ ਜਾਂਦੀ ਹੈ। ਆਫਲਾਈਨ ਟੈਸਟਿੰਗ ਸਾਈਟ ਦੀ ਦਿੱਖ ਹੋਰ ਕੰਟੈਂਟ ਜਿਵੇਂ ਲਿੰਕ ਸ਼ਬਦਾਵਲੀ ਦਿੱਖ ਹੋਮ ਪੇਜ ਦੀ ਵਿਵਸਥਾ ਦੀ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਆਨਲਾਈਨ ਟੈਸਟਿੰਗ ਵੈਬਸਾਈਟ ਦੀ ਪੂਰੀ ਵਰਕਿੰਗ ਚੈੱਕ ਕਰਨ ਲਈ ਕੀਤੀ ਜਾਂਦੀ ਹੈ। ਆਫਲਾਈਨ ਟੈਸਟਿੰਗ ਦੌਰਾਨ ਕੋਡਿੰਗ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਆਨਲਾਈਨ ਟੈਸਟਿੰਗ ਵਿੱਚ ਕੋਡਿੰਗ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ ਆਫਲਾਈਨ ਟੈਸਟਿੰਗ ਵਿੱਚ ਸਾਈਟ ਦੇ ਖੁੱਲਣ ਵਿੱਚ ਲੱਗਣ ਵਾਲਾ ਸਮਾਂ ਨਹੀਂ ਗਿਨਿਆ ਜਾਂਦਾ ਆਨਲਾਈਨ ਟੈਸਟਿੰਗ ਵਿੱਚ ਸਾਈਟ ਦੇ ਖੁੱਲਣ ਵਿੱਚ ਲੱਗਣ ਵਾਲਾ ਸਮਾਂ ਗਿਨਿਆ ਜਾਂਦਾ ਹੈ ਜਾਂ ਮਾਪਿਆ ਜਾਂਦਾ ਹੈ ਉਮੀਦ ਕਰਦੀ ਹਾਂ ਕਿ ਤੁਹਾਨੂੰ ਹੁਣ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਧੰਨਵਾਦ